ਧੰਨਵਾਦ। ਮੈਂ ਰਾਹਾਂ ਤੇ ਨਹੀਂ ਚੱਲਦਾ, ਮੈਂ ਚੱਲਦਾ ਹਾਂ ਤਾਂ ਰਾਹ ਬੰਦੇ ਨੇ, ਸਦੀਆਂ ਤੋਂ ਚੱਲਦੇ ਕਾਫਲੇ ਇਸ ਗੱਲ ਦਾ ਗਵਾਹ ਬੰਦੇ ਨੇ। ਅੱਜ ਸਾਡੇ ਸਾਹਿਬਜ਼ਾਦਿਆਂ ਦੀ ਪਵਿੱਤਰ ਧਰਤੀ 'ਤੇ ਪੰਜਾਬ ਦੇ ਦਿਲਾਂ ਦੀ ਧੜਕਣ, ਪੰਜਾਬ ਦੇ ਮਾਣ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਮੈਂ ਸਵਾਗਤ ਕਰਦਾ ਔਰ ਉਹਨਾਂ ਦੇ ਨਾਲ ਸਾਡੇ ਇਸ ਹਲਕੇ ਦੇ ਉਮੀਦਵਾਰ ਸਰਦਾਰ ਮਾਨਵਿੰਦਰ ਸਿੰਘ ਜੀ ਕੰਮ ਅਤੇ ਸਟੇਜ 'ਤੇ ਵਿਰਾਜਮਾਨ ਸਾਰੇ ਪਾਰਟੀ ਦੇ ਲੀਡਰਸ਼ਿਪ, ਮੇਰੇ ਸਾਹਮਣੇ ਬੈਠੇ ਸਾਡੇ ਅਹੁਦੇਦਾਰ ਸਾਹਿਬਾਨ ਅਤੇ ਮਾਨ ਸਾਹਿਬ ਦੇ ਪਿਆਰੇ ਭੁਮੱਕੜ, ਸਾਰਿਆਂ ਨੂੰ ਫਤਿਹ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਨ੍ਹਾਂ ਨੇ ਕਿ ਸਿੱਖਿਆ 'ਚ ਇੱਕ ਕ੍ਰਾਂਤੀ ਲੈ ਕੇ ਆਉਂਦੀ ਹੈ। ਇਹ ਪਹਿਲੀ ਵਾਰੀ ਹੋਇਆ ਕਿ ਇਸ ਸਾਲ 80,000 ਤੋਂ ਵੱਧ ਜਿਹੜੇ ਸਾਡੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਉਹਨਾਂ ਨੇ ਸਰਕਾਰੀ ਸਕੂਲਾਂ 'ਚ ਦਾਖਲਾ ਲਿੱਤਾ। ਔਰ ਇਹ ਤਾਂ ਹੋਇਆ ਕਿ ਮਾਨ ਸਾਹਿਬ ਨੇ 12,000 ਤੋਂ ਵੱਧ ਨਵੇਂ ਜਿਹੜੇ ਅਧਿਆਪਕ ਰੱਖੇ, ਔਰ ਇਹੀ ਨਹੀਂ 13,000 ਤੋਂ ਵੱਧ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ। ਔਰ ਇਸ ਤੋਂ ਬਾਅਦ ਸਿਹਤ ਦੀ ਗੱਲ ਕਰੀਏ ਤਾਂ 850 ਤੋਂ ਵੱਧ ਆਮ ਆਦਮੀ ਕਲੀਨਿਕ ਜਿਹੜੇ ਪੰਜਾਬ 'ਚ ਸਥਾਪਿਤ ਕੀਤੇ ਗਏ। ਔਰ ਸਾਥੀਓ, ਮੈਨੂੰ ਬੜੀ ਗੱਲ 'ਤੇ ਖੁਸ਼ੀ ਹੁੰਦੀ ਹੈ ਕਿ 1.5 ਕਰੋੜ ਤੋਂ ਵੱਧ ਪੰਜਾਬੀਆਂ ਨੇ ਇਹਨਾਂ ਆਮ ਆਦਮੀ ਕਲੀਨਿਕ 'ਚ ਜਿਹੜਾ ਫਾਇਦਾ ਲਿੱਤਾ। ਸੋ ਸਾਥੀਓ, ਇਸ ਤੋਂ ਬਾਅਦ ਮੈਂ ਗੱਲ ਕਰਨੀ ਹੈ ਕਿ ਪਹਿਲੀ ਸਰਕਾਰ ਹੈ ਜਿਹਨੇ ਕਿ 16 ਟੋਲ ਪਲਾਜ਼ੇ ਬੰਦ ਕੀਤੇ ਆ। ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਭਾਈਵਾਲ ਬਣ ਜਾਂਦੀਆਂ ਸੀਗੀਆਂ, ਭਾਈਵਾਲ ਬਣ ਜਾਂਦੀਆਂ ਸੀ ਉਹਨਾਂ ਨਾਲ ਔਰ ਪੰਜਾਬੀਆਂ ਨੂੰ ਲੁੱਟਦੀਆਂ ਸੀ। ਔਰ ਅੱਜ 58 ਲੱਖ ਤੋਂ ਰੋਜ਼ ਆ ਜਿਹੜਾ 58 ਲੱਖ ਪੰਜਾਬੀਆਂ ਦਾ ਬਚਦਾ। ਸੋ ਬਹੁਤ ਹੋਰ ਸਾਰੇ ਜਿਹੜੇ ਕੰਮ ਇਸ ਸਰਕਾਰ ਨੇ ਕੀਤੇ ਆ, ਪਰ ਅੱਜ ਅਸੀਂ ਸਾਰੇ ਮਾਨ ਸਾਹਿਬ ਨੂੰ ਸੁਣਨ ਆਏ ਹਾਂ, ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਲੈਣਾ। ਮੈਂ ਧੰਨਵਾਦ ਕਰਦਾ ਇੱਕ ਵਾਰ ਫਿਰ ਮਾਨ ਸਾਹਿਬ ਦਾ ਕਿ ਉਹਨਾਂ ਨੇ ਸਮਾਂ ਕੱਢਿਆ। ਔਰ ਤੁਹਾਡੇ ਇੱਕ ਸ਼ਹਿਰ ਨਾਲ ਮੈਂ ਜ਼ਰੂਰ ਜਿਹੜਾ ਖਤਮ ਕਰਾਂਗਾ। ਮਾਨ ਸਾਹਿਬ, ਤੁਹਾਡੀ ਨਜ਼ਰ ਹੈ ਕਿ ਕੁਛ ਲੋਕ ਥੇ ਜੋ ਵਕਤ ਕੇ ਸਾਂਚੇ ਮੇਂ ਢਲ ਗਏ, ਕੁਛ ਲੋਕ ਥੇ ਜੋ ਵਕਤ ਕੇ ਸਾਂਚੇ ਮੇਂ ਢਲ ਗਏ, ਔਰ ਕੁਛ ਲੋਕ ਹੈ ਜੋ ਵਕਤ ਕੇ ਸਾਂਚੇ ਬਦਲ ਗਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਧੰਨਵਾਦ। ਤੁਸੀਂ ਇੰਨੀ ਗਰਮੀ ਦੇ ਵਿੱਚ 11:30 ਵਜੇ ਤੋਂ ਇੱਥੇ ਬੈਠੇ ਹੋ, ਇਕੱਠੇ ਹੋਣ ਲੱਗੇ ਹੋ। ਸਤਿਕਾਰਯੋਗ ਬਜ਼ੁਰਗ, ਨੌਜਵਾਨ ਵੀਰ, ਮਾਵਾਂ, ਭੈਣਾਂ, ਛੋਟੇ ਬੱਚੇ, ਬਹੁਤ ਬਹੁਤ ਧੰਨਵਾਦ। ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਦਰਮਿਆਨ ਚਮਕੌਰ ਸਾਹਿਬ ਤੋਂ ਤੁਹਾਡੇ ਚੁਣੇ ਹੋਏ MLA ਡਾਕਟਰ ਚੰਨੀ ਜੀ, ਅਤੇ 4 ਜੂਨ ਤੋਂ ਬਾਅਦ ਤੁਹਾਡੇ ਚੁਣੇ ਹੋਏ MP ਮਾਲਵਿੰਦਰ ਕੰਗ ਜੀ ਮੌਜੂਦ ਨੇ। ਵੀਰੋ, ਪਵਿੱਤਰ ਧਰਤੀ ਹੈ, ਇਤਿਹਾਸਿਕ ਧਰਤੀ ਹੈ,
ਜ਼ੁਲਮ ਦੇ ਵਿਰੁੱਧ ਲੜਨ ਅਤੇ ਖੜਨ ਵਾਲੀ ਧਰਤੀ ਹੈ। ਇੱਧਰਲੇ ਪਾਸੇ 20 ਕਿਲੋਮੀਟਰ ਦੇਖੀਏ ਤਾਂ ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੈ, ਇੱਧਰਲੇ ਪਾਸੇ 20 ਕਿਲੋਮੀਟਰ ਦੇਖ ਲਈਏ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ। ਉਹ ਲੜਾਈਆਂ ਕੋਈ ਆਪਣੇ ਪਰਿਵਾਰ ਵਾਸਤੇ ਨਹੀਂ ਲੜੀਆਂ ਸੀ, ਗੁਰੂ ਸਾਹਿਬ ਨੇ ਉਹ ਲੜਾਈਆਂ ਕੌਮ ਵਾਸਤੇ, ਦੇਸ਼ ਵਾਸਤੇ ਲੜੀਆਂ ਸੀ। ਪਰਿਵਾਰ ਵਾਰਿਆ ਸੀ, ਸਰਬੰਸ ਵਾਰਿਆ ਸੀ। ਸੋ ਇਸ ਧਰਤੀ ਤੋਂ ਅੱਜ ਮੈਂ ਫਿਰ ਦੁਬਾਰਾ ਜਿਹੜੀ ਤਾਨਾਸ਼ਾਹੀ ਮੁਲਕ ਦੇ ਵਿੱਚ ਫਿਰ ਜ਼ੁਲਮ ਜਿਹੜੇ ਗਰੀਬਾਂ, ਦਲਿਤਾਂ ਅਤੇ ਆਮ ਲੋਕਾਂ 'ਤੇ ਹੋ ਰਹੇ ਨੇ, ਉਹਨਾਂ ਦੇ ਵਿਰੁੱਧ ਹੁਣ ਤਲਵਾਰਾਂ ਨਾਲ ਨਹੀਂ, ਹੁਣ ਵੋਟਾਂ ਨਾਲ ਲੜਾਈ ਲੜੀ ਜਾਂਦੀ ਹੈ। ਅਤੇ ਹੁਣ ਤੁਸੀਂ ਵੋਟਾਂ ਵਾਲੀ ਲੜਾਈ ਦੇ ਵਿੱਚ ਸਾਡਾ ਸਾਥ ਦੇ ਦਿਓ। ਇਹ ਆਪਾਂ ਹੈਗੇ ਹਾਂ ਦੇਸੀ, ਆਪਾਂ ਹੈਗੇ ਹਾਂ ਬੋਰ ਦੇ ਟੋਇਆਂ 'ਚੋਂ ਨਿਕਲ ਕੇ ਆਏ ਹਾਂ। ਇਹ ਰੈਲੀਆਂ ਵੀ ਆਪਣੇ ਕਰਕੇ ਕਰਨ ਲੱਗ ਗਏ, ਨਹੀਂ ਪਹਿਲਾਂ ਤਾਂ ਐਂ ਚੱਲ ਜਾਂਦਾ ਸੀ ਇਹਨਾਂ ਦਾ ਕੰਮ। ਸੋ ਵੀਰੋ, ਇਹ ਤੁਹਾਡਾ ਕੰਮ ਹੈ, ਇਹ ਤੁਸੀਂ ਲਾਏ ਹੈ, ਇਹ ਸਿੱਧੇ ਰਾਹ 'ਤੇ ਤੁਸੀਂ ਲਿਆਉਂਦੇ, ਮੇਰਾ ਤਾਂ ਨਾਂ ਹੀ ਲੱਗਦਾ। ਉਹ ਕਹਿੰਦੇ ਨਾ ਲੜਦੀਆਂ ਫੌਜਾਂ ਹੁੰਦੀਆਂ ਨਾਂ ਜਰਨੈਲ ਦਾ, ਫੌਜਾਂ ਤੁਸੀਂ ਹੋ ਮੇਰੀਆਂ, ਨਾਂ ਹੀ ਆ ਜਰਨੈਲ ਦਾ ਤਾਂ। ਸੋ ਅੱਜ ਸਰਵੇ ਦੀਆਂ ਰਿਪੋਰਟਾਂ ਆਨੰਦਪੁਰ ਸਾਹਿਬ ਦੀਆਂ ਬਹੁਤ ਵਧੀਆ ਆ ਰਹੀਆਂ ਨੇ। ਚਮਕੌਰ ਸਾਹਿਬ ਵਾਲਿਓ, ਹੁਣ ਤਾਂ ਇਹ ਮੁਕਾਬਲਾ ਹੈ ਕਿ 9 ਚੋਂ ਪਹਿਲੇ ਨੰਬਰ 'ਤੇ ਕਿਹੜਾ ਆਊਗਾ, ਤਾਂ ਚਮਕੌਰ ਸਾਹਿਬ ਪਹਿਲੇ ਨੰਬਰ 'ਤੇ ਆਉਣਾ ਚਾਹੀਦਾ। ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਕਹਿ ਦਿਓ, ਮੇਰੇ ਨਾਂ 'ਤੇ ਕਹਿ ਦਿਓ, ਮੇਰੇ ਨਾਂ, ਕਿਉਂਕਿ ਮੇਰੇ ਹੱਥ ਮਜ਼ਬੂਤ ਹੋਣਗੇ ਇਹਦੇ ਨਾਲ। ਲੜੂੰਗਾ ਤਾਂ ਮੈਂ ਫਿਰ ਵੀ ਲੜਾਈ ਕਰੀ ਜਾਂਦਾ, ਮੈਂ ਗਵਰਨਰ ਨਾਲ ਲੜਦਾ, ਸੁਪਰੀਮ ਕੋਰਟ ਜਾਂਦਾ, ਪੰਜਾਬ ਵਾਸਤੇ ਬਹੁਤ ਲੜਦਾ, ਪਰ ਜੇ ਮੈਨੂੰ 13 ਹੱਥ ਮਿਲ ਜਾਣਗੇ ਅਤੇ 13 ਆਵਾਜ਼ਾਂ ਮਿਲ ਜਾਣਗੀਆਂ ਪਾਰਲੀਮੈਂਟ 'ਚ, 7 ਆਪਣੇ ਕੋਲ ਪਹਿਲੀ ਨੇ, 20 ਹੋ ਗਏ, 5 ਕਰੋੜ ਰੁਪਇਆ ਇੱਕ ਦਾ ਮਿਲਦਾ, 100 ਕਰੋੜ ਤਾਂ ਇਕੱਲੇ MPਆਂ ਦੇ ਆਇਆ ਕਰੂਗਾ ਇੱਥੇ, 100 ਕਰੋੜ। ਥੋੜ੍ਹਾ ਸੋਚ ਲਿਓ, ਇੱਧਰ ਉੱਧਰ ਵੋਟ ਪਾਉਣ ਦਾ ਫਾਇਦਾ ਕੀ ਹੋਇਆ? ਉਹਨਾਂ ਨੇ ਕੁਛ ਨਹੀਂ ਕਰਨਾ। ਨਾਲੇ ਹੋਰ ਦੱਸਾਂ ਤੁਹਾਨੂੰ, ਜਿਹੜਾ ਕਾਂਗਰਸ ਦਾ ਹੈ ਤੁਹਾਡੇ ਇੱਥੋਂ ਖੜ੍ਹਾ, ਬਜਿੰਦਰ ਸਿੰਗਲਾ, ਇਹ ਕਿੱਥੋਂ ਆਇਆ? ਸੰਗਰੂਰ ਤੋਂ ਆਇਆ ਹੈ। 2014 'ਚ ਇਹਦੀ ਜ਼ਮਾਨਤ ਜ਼ਬਤ ਕਰਾਈ, 17 'ਚ ਜਿੱਤ ਗਿਆ, 2022 'ਚ ਨਰਿੰਦਰ ਕੌਰ ਭਰਾਜ, ਇੱਕ ਆਮ ਜੀ ਕੁੜੀ, ਪੰਜਾਬ ਦੀ ਵਿਧਾਨ ਸਭਾ ਦੀ ਸਭ ਤੋਂ ਛੋਟੀ ਮੈਂਬਰ ਹੈ ਉਹ ਉਮਰ ਵਾਈਜ਼, ਉਹ 27-28 ਸਾਲ ਦੀ ਜਵਾਕੜੀ ਨੇ ਹਰਾ ਕੇ ਭੇਜਿਆ ਹੋਇਆ, ਹੁਣ ਇੱਧਰ ਨੂੰ ਆ ਗਿਆ। ਦੇਖ ਲਿਓ ਇੱਥੋਂ ਨਾ ਕਿਤੇ ਉਹਨੂੰ ਨਾ ਲੱਗੇ ਵੀ ਹਾਂ ਇੱਧਰ ਸ਼ਾਇਦ ਮੈਨੂੰ, ਉਹ ਮੈਂ ਕਿਸੇ CD 'ਚ ਇੱਕ ਕਮੈਂਟ ਕੀਤਾ ਸੀ, ਮੈਨੂੰ ਕਿਸੇ ਨੇ ਕੱਲ੍ਹ ਹੀ ਭੇਜਿਆ ਵੀ ਕੋਈ ਜ਼ਮਾਨਾ ਸੀ ਰਾਜਨੀਤੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਲੀਡਰ ਸੀ ਆਪਣੇ ਪਾਰਟੀ ਪ੍ਰਧਾਨ ਕੋਲ ਜਾ ਕੇ ਕਹਿੰਦਾ ਸੀ, ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦੇ ਦਿਓ, ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ। ਕਹਿੰਦੇ ਹੁਣ ਵੀ ਇਹੀ ਨੇ ਪਰ ਉਲਟੇ ਕੰਮ ਵਾਸਤੇ, ਪ੍ਰਧਾਨ ਜੀ ਇਸ ਇਲਾਕੇ 'ਚੋਂ ਟਿਕਟ ਨਾ ਦੇ ਦਿਓ, ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ। ਸੋ ਸੰਗਰੂਰ ਵਾਲੇ ਤਾਂ ਜਾਣਦੇ ਨੇ, ਇੱਧਰ ਤੁਹਾਡੇ ਕੋਲ ਆਨੰਦਪੁਰ ਆ ਗਿਆ ਹੈ, ਫਿਰ ਦੋਨੇ ਹੱਥ ਖੜ੍ਹੇ ਕਰਕੇ ਮੈਨੂੰ ਇਹ ਤਸੱਲੀ ਦੇ ਦਿਓ ਕਿ ਜਿਹੜਾ ਅਸੀਂ ਉੱਥੋਂ ਮਾਂਜ ਕੇ ਭੇਜਿਆ ਇੱਧਰ ਵੀ ਮਾਂਜੋਂਗੇ। ਇਨਕਲਾਬ ਹੋ ਗਿਆ ਕੰਮ।
ਆਪ ਮੈਂ ਰੁਪਈਆ ਖਾਣਾ ਨਹੀਂ, ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡਣੇ ਨਹੀਂ, ਉਹਦਾ ਕਢਾਊਂ, ਉਹਦਾ ਦੇਖਦੇ ਜਾਓ ਤੁਸੀਂ ਕਢਾਊਂ ਪੈਸੇ। ਆਹ ਸੁੱਖ ਬਿਲਾਸ ਬਣਾ ਰੱਖਿਆ ਇੱਥੇ ਪਹਾੜਾਂ 'ਚ 7-star ਹੋਟਲ ਸੁਖਬੀਰ ਬਾਦਲ ਨੇ, 10 ਸਾਲ ਵਾਸਤੇ ਬਿਜਲੀ ਫਰੀ, 10 ਸਾਲ ਵਾਸਤੇ GST ਫਰੀ ਟੈਕਸ, ਲਗਜ਼ਰੀ ਟੈਕਸ ਫਰੀ, ਸਟੇਟ ਦੀ GST ਫਰੀ, 1 ਅਰਬ ਤੋਂ ਉੱਤੋਂ ਦੀ ਸਬਸਿਡੀ 1 ਅਰਬ। ਉਹ ਕੀ ਦਿੰਦਾ ਜੀ ਪੰਜਾਬ ਨੂੰ, ਪੰਜਾਬ ਨੂੰ ਕੀ ਦਿੰਦਾ ਵੀ ਉਹ ਸੁੱਖ ਵਿਲਾਸ? 7 ਲੱਖ ਤੋਂ ਵੱਧ 1 ਕਮਰੇ ਦਾ ਕਿਰਾਇਆ ਹੈ, 7 ਲੱਖ 1 ਰਾਤ ਦਾ। ਕੋਈ ਗਰੀਬ ਸ਼ਾਇਦ 7 ਲੱਖ ਸਾਰੀ ਜ਼ਿੰਦਗੀ ਠੀਕ ਰਿਹਾ ਵੀ ਨਹੀਂ ਗਿਣਦਾ, 7 ਲੱਖ ਰੁਪਈਆ ਆਮ ਕਿਰਾਇਆ। ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ, ਸਵਿਮਿੰਗ ਪੂਲ ਹੈ ਅਲੱਗ ਪਰਸਨਲ। ਮੈਂ ਹੈਲੀਕਾਪਟਰ ਦੇ ਉੱਤੋਂ ਦੀ ਦੇਖਿਆ, 2-3 ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ। ਮੈਂ ਕਿਹਾ ਥੋੜ੍ਹਾ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਨਾ, ਫਿਰ ਦੇਖਦੇ ਹਾਂ ਇਹਨਾਂ ਦਾ ਕੀ ਹਾਲ ਹੈ। ਅਤੇ ਵੀਰੋ ਬਾ ਕਾਗਜ਼ ਤਿਆਰ ਹੋ ਗਏ, ਢਾਉਣਾ ਨਹੀਂ ਦੇਖੋ ਆਪਾਂ, ਸੋਹਣਾ ਵਧੀਆ ਬਣਾਇਆ ਉਹਨੇ, ਕਬਜ਼ੇ 'ਚ ਲੈ ਲਾਂਗੇ ਸਰਕਾਰ, ਉਹ 'ਤੇ ਕਬਜ਼ਾ ਕਰ ਲੂ, ਸਕੂਲ ਖੋਲ੍ਹ ਦਾਂਗੇ ਉੱਥੇ ਸਰਕਾਰੀ, ਅਤੇ ਨਾਲੇ ਸਰਕਾਰੀ ਖੂ ਸਕੂਲ ਖੋਲ੍ਹ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ। ਇਹ ਕੰਮ ਹੋਊਗਾ, ਮੇਰੇ 32 ਦੰਦ ਨੇ, ਮੈਂ ਊਂ ਹੀ ਨਹੀਂ ਕਹਿੰਦਾ, ਲਾਈਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ, ਇਹ ਕੰਮ ਹੋਊਗਾ। ਹੁਣਸ਼ਾ ਨਹੀਂ ਇੰਨਾ ਵਧੀਆ, ਦੱਸਣ ਦੀ ਲੋੜ ਹੀ ਨਹੀਂ, ਮਾਵਾਂ ਭੈਣਾਂ ਨੂੰ ਦੱਸਣ ਦਾ ਜਮ੍ਹਾਂ ਹੀ ਲੋੜ ਨਹੀਂ, ਇਹ ਤਾਂ ਤੜਕੇ ਸਵੇਰੇ 5 ਵਜੇ ਵੀ ਭਾਲ ਲੈਂਦੀਆਂ, ਹਨੇਰੇ 'ਚ ਕਿੱਥੇ ਜੇ ਪਿਆ, ਤੁਸੀਂ ਬਹੁਤੇ ਖੁਸ਼ ਨਾ ਹੋ, ਜੇ ਲੋੜ ਪਏ ਜੇ ਸ਼ਾਮ ਨੂੰ ਵੀ ਭਾਲ ਲੈਂਦੀਆਂ ਕਿੱਥੇ ਜੇ ਪਿਆ, ਕਰਦਾ ਸਫਾਈ ਹੋਈ ਆ ਉਹ ਸਵੇਰੇ ਵੀ ਅਤੇ ਸ਼ਾਮ ਨੂੰ ਵੀ। ਸੋ ਵੀਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ, ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ। ਉੱਠੀ ਜੇ ਸਕੂਨ ਵੇ, ਜੋ ਜੋ ਨੇੜੇ ਆਈ ਜਾਵੇ, ਵੋਟਾਂ ਵਾਲੀ ਇੱਕ ਜੂਨ ਵੇ, ਅਸੀਂ ਮੌਜ ਬੜੀ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਕੁੱਟੀ ਹੈ। ਲੈ ਚਮਕੌਰ ਸਾਹਿਬ ਵਾਲਿਓ, 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ 'ਚੋਂ ਪੱਕੀ ਹੋਈ। ਮਾਵਾਂ ਭੈਣਾਂ ਵੀ ਨੇ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਬਾਕੀ ਜਦੋਂ ਕਹੋਗੇ ਮਿਲਦੇ ਰਹਾਂਗੇ। ਕਿਹੜਾ ਇਸ ਵਾਰ 4 ਜੂਨ ਨੂੰ ਇਹ ਚਮਕੌਰ ਸਾਹਿਬ ਤੋਂ ਨੰਬਰ 1 ਦੀ ਲੀਡ ਕਰ ਦਿਓ, ਖੁਸ਼ੀ ਹੋਊਗੀ ਮੈਨੂੰ, ਬਹੁਤ ਤਸੱਲੀ ਹੋਊਗੀ। ਬਹੁਤ ਬਹੁਤ ਧੰਨਵਾਦ, ਜਿਉਂਦੇ ਵਸਦੇ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।